ਸੱਚੇ ਤਕਾਲ ਦੋਸਤੋ ਤੁਹਾਡੇ ਸਾਰੇ ਸਾਡੇ ਚੈਨਲ ਜੀਐਸ ਅਪਡੇਟਸ ਤੇ ਬਹੁਤ ਬਹੁਤ ਸਵਾਗਤ ਹੈ ਸੋ ਇਸ ਵੇਲੇ ਦੀ ਪ੍ਰੀਖਿਆਵਾਂ ਲੈ ਕੇ ਇੱਕ ਬਹੁਤ ਹੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗੀ ਸੋ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਅਤੇ ਨਾਲ ਹੀ ਆਪਣੇ ਦੋਸਤਾਂ ਨੂੰ ਜ਼ਰੂਰ ਸ਼ੇਅਰ ਕਰ ਦੇਣਾ ਤਾਂ ਜੋ ਉਹਨਾਂ ਨੂੰ ਵੀ ਇਸ ਬਾਰੇ ਜਾਣਕਾਰੀ ਮਿਲ ਸਕੇ ਤੇ ਚੈਨਲ ਤੇ ਨਵੇਂ ਹੋ ਅਤੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਜ਼ਰੂਰ ਕਰ ਲਓ ਇਸ ਤਰ੍ਹਾਂ ਹੋਰ ਐਜੂਕੇਸ਼ਨ ਰਿਲੇਟਡ ਵੀਡੀਓਜ਼ ਦੇ ਲਈ ਤੇ ਟੈਲੀਗ੍ਰਾਮ ਚੈਨਲ ਨੂੰ ਵੀ ਜ਼ਰੂਰ ਜੁਆਇਨ ਕਰ ਲੈਣਾ ਸੋ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਸੋ ਇਸ ਵੇਲੇ ਦੀ ਇੱਕ ਬ ਸਾਰੇ ਵਿਦਿਆਰਥੀ ਇਕਜੁੱਟ ਹੋ ਚੁੱਕੇ ਹਨ ਕਿ ਪ੍ਰੀਖਿਆਵਾਂ ਦਾ ਕੋਈ ਨਾ ਕੋਈ ਫੈਸਲਾ ਕੀਤਾ ਜਾਵੇ ਕਿਉਂਕਿ ਬਹੁਤ ਹੀ ਜ਼ਿਆਦਾ ਲੇਟ ਹੋ ਰਹੀ ਹੈ ਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵਿਲੋਸ ਹੋ ਰਿਹਾ ਹੈ ਸੋ ਵਿਦਿਆਰਥੀ ਮੰਗ ਰਹੇ ਹੈ ਕਿ ਪ੍ਰੀਖਿਆਵਾਂ ਨੂੰ ਜਾਂ ਤਾਂ ਰੱਦ ਕਰ ਦਿੱਤਾ ਜਾਵੇ ਜਾਂ ਫਿਰ ਔਨਲਾਈਨ ਲਿਆ ਜਾਵੇ ਜਾਂ ਫਿਰ ਕੋਈ ਨਾ ਕੋਈ ਫੈਸਲਾ ਜੋ ਹੋਵੇ ਜਲਦੀ ਤੋਂ ਜਲਦੀ ਸੁਣਾਇਆ ਜਾਵੇ ਪ੍ਰੀਖਿਆਵਾਂ ਨੂੰ ਲੈ ਕੇ ਸਾਰੇ ਵਿਦਿਆਰਥੀ ਇਕਜੁੱਟ ਹੋ ਚੁੱਕੇ ਹਨ ਕਿ ਪ੍ਰੀਖਿਆਵਾਂ ਬਾਰੇ ਫੈਸਲਾ ਜਲਦੀ ਤੋਂ ਜਲਦੀ ਸੁਣਾਇਆ ਜਾਵੇ ਵਿਦਿਆਰਥੀ ਮੰਗ ਕਰ ਰਹੇ ਹਨ ਕਿ ਪ੍ਰੀਖਿਆਵਾਂ ਨੂੰ ਜਾਂ ਤਾਂ ਰੱਦ ਕਰ ਦਿੱਤਾ ਜਾਵੇ ਜਾਂ ਫਿਰ ਔਨਲਾਈਨ ਲਿਆ ਜਾਵੇ ਕਿਉਂਕਿ ਕਰੋਨਾ ਦੇ ਕੇਸ ਇਸ ਦਿਨ ਬਦਦੇ ਜਾ ਰਹੇ ਹਨ ਤੇ ਇਸ ਸਮੇਂ ਸਕੂਲਾਂ ਵਿੱਚ ਜਾ ਕੇ ਆਫਲਾਈਨ ਪੇਪਰ ਦੇਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਕਿਉਂਕਿ ਕਰੋਨਾ ਦਾ ਖਤਰਾ ਦਿਨ ਬਦ ਦਿਨ ਵੱਧਦਾ ਜਾ ਰਿਹਾ ਹੈ 1 ਲੱਖ ਤੋਂ ਵੱਧ ਮਾਮਲੇ ਰੋਜ਼ ਨਵੇਂ ਕਰੋਨਾ ਵਾਇਰਸ ਦੇ ਸਾਹਮਣੇ ਆ ਰਹੇ ਹਨ ਤੇ ਵਿਦਿਆਰਥੀ ਕਹਿ ਰਹੇ ਹਨ ਕਿ ਪ੍ਰੀਖਿਆਵਾਂ ਰੱਦ ਕਰ ਦਿੱਤਾ ਜਾਵੇ ਜਾਂ ਫਿਰ ਔਨਲਾਈਨ ਲਿਆ ਜਾਵੇ ਸਾਰੇ ਵਿਦਿਆਰਥੀ ਇਕਜੁੱਟ ਹੋ ਚੁੱਕੇ ਹਨ ਤੇ ਇਸ ਨੂੰ ਦੇਖ ਕੇ ਸਰਕਾਰ ਵੀ ਹੈਰਾਨ ਹੋ ਚੁੱਕੀ ਹੈ ਕਿਉਂਕਿ 2 ਦਿਨ ਦੇ ਵਿੱਚ ਹੀ 1 ਲੱਖ ਤੋਂ ਵੱਧ ਵਿਦਿਆਰਥੀ ਜੋ ਹਨ ਇਸ ਮੂਹਮ ਦੇ ਨਾਲ ਜੁੜ ਚੁੱਕੇ ਹਨ ਕਿ ਪ੍ਰੀਖਿਆਵਾਂ ਰੱਦ ਕਰ ਦਿੱਤਾ ਜਾਵੇ ਟਵਿੱਟਰ ਤੇ ਵੀ ਟਰੈਂਡਿੰਗ ਤੇ ਆ ਚੁੱਕਾ ਹੈ ਕਿ #cancelboardexam2021 ਟਰੈਂਡਿੰਗ ਤੇ ਆ ਚੁੱਕਾ ਹੈ ਸੋ ਸਾਰੇ ਵਿਦਿਆਰਥੀ ਲਗਾਤਾਰ ਇਸ ਨਾਲ ਜੁੜ ਰਹੇ ਹਨ ਤੇ ਤੁਸੀਂ ਵੀ ਆਪਣੀ ਏਕਤਾ ਦਾ ਸਬੂਤ ਕਮੈਂਟ ਕਰਕੇ ਜ਼ਰੂਰ ਦਿਓਗੇ ਤੁਸੀਂ ਕੀ ਚਾਹੁੰਦੇ ਹੋ ਪ੍ਰੀਖਿਆਵਾਂ ஆன்ਲਾਈਨ ਹੋਣ ਜਾਂ ਫਿਰ ਪ੍ਰੀਖਿਆਵਾਂ ਆਫਲਾਈਨ ਹੋਣ ਪ੍ਰੀਖਿਆਵਾਂ ਰੱਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਾਂ ਫਿਰ ਨਹੀਂ ਤੁਸੀਂ ਆਪਣੀ ਏਕਤਾ ਦਾ ਸਬੂਤ ਕਮੈਂਟ ਕਰਕੇ ਜ਼ਰੂਰ ਦਿਓ ਤਾਂ ਜੋ ਸਾਨੂੰ ਪਤਾ ਲੱਗ ਸਕੇ ਤੁਸੀਂ ਕੀ ਚਾਹੁੰਦੇ ਹੋ ਜਿਸ ਨੂੰ ਜ਼ਿਆਦਾ ਵੋਟ ਹੋਣਗੀਆਂ ਉਸ ਤੋਂ ਪਤਾ ਲੱਗ ਜਾਊਗਾ ਕਿ ਵਿਦਿਆਰਥੀ ਕੀ ਡਿਮਾਂਡ ਹੈ ਲੇਕਿਨ ਸਰਕਾਰ ਵੀ ਹੈਰਾਨ ਹੋ ਚੁੱਕੀ ਹੈ ਕਿ एकदम विद्यार्थी एकजुट किए हो गए हैं विद्यार्थी चाहते हैं कि प्रीखा रद्द कर दिया जाए या जा फिर ऑनलाइन लिया जाए सारे विद्यार्थी एकजुट हो चुके हैं तो देख के सरकार भी हैरान हो चुकी है ते जल्दी हेलो बच्चों पढ़ाई में डाउट्स आते हैं घबराइए मत सबका सल्यूशन है डाउनलोड बच्चों आप किसी भी सवाल में अटक गए हो या आपसे वो क्वेश्चन सोल्व नहीं हो पा रहा है तो बस आपको उस क्वेश्चन का फोटो लेना है क्वेश्चन को क्रॉप करना है और पांच सेकंड के अंदर अंदर आपको उस क्वेश्चन का वीडियो सोल्यूशन मिल जाएगा फिर चाहे आपका क्वेश्चन होमवर्क का हो सीबीएसई का हो यूपी बिहार महाराष्ट्र राजस्थान एमपी या किसी भी स्टेट बोर्ड का हो चाहे आईआईटी आई जेई नीट या क्लास छर्टी से लेकर बारहवीं तक का कोई भी सवाल हो इन सब का जवाब मिलेगा आपको डाउनलोड टैप पर या फिर कोई भी सब्जेक्ट हो फिजिक्स केमिस्ट्री मैथ्स बायोलॉजी आपके सभी सवालों के जवाब मिलेंगे डाउनलोड पर साथ ही आप डाउनलोड पर पढ़ाई कीजिए कोटा की बेस्ट फैकल्टी जैसे जीबी सर एनजे सर आकांक्षा मैम प्रिंस सर जैसे टॉप टीचर्स है यानी अब पूरी पढ़ाई होगी डाउनलोड ऐप पर तीन करोड़ से ज्यादा बच्चे अब डाउनलोड ऐप पर पढ़ाई करें हैं तो आप भी जल्दी इंस्टॉल कीजिए डाउनलोड ऐप परीक्षाओं बारे कोई ना कोई फैसला जो है वो आएगा जी हाँ दोस्तों आज आ सकता है कल आ सकता है जल्दी तो जल्दी फैसला जो है प्रीक्षावं लेके आ जाएगा क्योंकि ਵਿਦਿਆਰਥੀ ਇਕੱਠ ਹੋ ਚੁੱਕੇ ਹਨ ਤੇ ਵਿਦਿਆਰਥੀ ਲਗਾਤਾਰ ਹੀ ਮੰਗ ਕਰ ਰਹੇ ਹਨ ਕਿ ਪ੍ਰੀਖਿਆਵਾਂ ਬਾਰੇ ਫੈਸਲਾ ਜੋ ਹੈ ਉਹ ਸੁਣਾਇਆ ਜਾਵੇ ਸੋ ਜਲਦੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਫੈਸਲਾ ਜੋ ਹੈ ਦੇਖਣ ਨੂੰ ਮਿਲ ਸਕਦਾ ਹੈ ਚਾਹੇ ਅੱਜ ਹੀ ਫੈਸਲਾ ਆ ਸਕਦਾ ਹੈ ਸੋ ਉਮੀਦ ਕਰਦਾਂਗੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਚੁੱਕੀ ਹੋਵੇਗੀ ਜੇਕਰ ਤੁਹਾਡੇ ਵਿੱਚ ਕੋਈ ਡਾਊਟ ਹੋਵੇ ਕਮੈਂਟ ਕਰਕੇ ਦੱਸ ਸਕਦੇ ਹੋ ਮਿਲਦੇ ਹਾਂ ਨੈਕਸਟ ਵੀਡੀਓ ਤੱਕ ਲਈ ਬਾਏ ਬਾਏ